ਲੱਖਾਂ ਲੋਕਾਂ ਦੇ ਵਿਚਾਰ ਬਦਲ ਦੇਣ ਵਾਲੀ ਵਿਸ਼ਵ ਪ੍ਰਸਿੱਧ ਪੁਸਤਕ ਤੇ ਦੇਵ ਪੁਰਸ਼ ਹਾਰ ਗਏ ਦਾ ਪੇਸ਼ ਹੈ ਅੱਜ ਪਾਠ 22 ਭੂਤਕਾਲੀਨ ਭੂਤ। ਅਰਨ ਸਿੰਘ ਦਾ ਘਰ ਇੱਕ ਪਾਗਲਖਾਨਾ ਸੀ। ਪਿਛਲੇ 8 ਮਹੀਨਿਆਂ ਤੋਂ ਇੱਕ ਬੁਰੀ ਰੂਹ ਨੇ ਅਰਨ ਸਿੰਘੇ, ਉਸ ਦੀ ਪਤਨੀ ਪੋਦੀ ਹੈਮੀ ਅਤੇ ਉਹਨਾਂ ਦੀ ਇਕਲੌਤਰੀ ਪੁੱਤਰੀ ਪ੍ਰੇਮਾਵਾਥੀ ਦਾ ਜਿਉਣਾ ਦੁੱਭਰ ਕਰ ਰੱਖਿਆ ਸੀ। 5 ਵਾਰ ਚੌਂਕੀਆਂ ਲਗਵਾਉਣ ਤੋਂ ਬਾਅਦ ਵੀ ਰੂਹ ਉਹਨਾਂ ਦੇ ਘਰੋਂ ਨਹੀਂ ਸੀ ਨਿਕਲੀ। ਰੇਤ ਅਤੇ ਪੱਥਰ ਹਰ ਥਾਂ 'ਤੇ ਸੁੱਟੇ ਜਾਂਦੇ ਸਨ। ਭਾਂਡੇ, ਕੜਾਹੀਆਂ, ਕੱਪ, ਪਲੇਟਾਂ, ਗਲਾਸ, ਫਰਸ਼ ਦੇ ਟੁਕੜੇ ਤੋੜ ਕੇ ਸੁੱਟ ਦਿੱਤੇ ਜਾਂਦੇ ਸਨ। ਤੇਲ ਦੇ ਦੀਵਿਆਂ ਵਿੱਚ ਉਸ ਸਮੇਂ ਵੀ ਜਦੋਂ ਕੋਈ ਨੇੜੇ ਤੇੜੇ ਨਹੀਂ ਸੀ ਹੁੰਦਾ, ਲਾਟਾਂ ਉੱਭਰ ਪੈਂਦੀਆਂ ਸਨ। ਅਦਿੱਖ ਹੱਬਾਂ ਹੱਥਾਂ ਨੇ ਪੁੱਤਰੀ ਦੇ ਸਿਰ ਤੋਂ ਵਾਲ ਕੱਟ ਲਏ ਸਨ। ਰੂਹ ਵੱਲੋਂ ਲਿਖੇ ਗਏ ਪੱਤਰ ਪਤਾ ਨਹੀਂ ਕਿੱਧਰ ਦੀ ਘਰ ਆ ਡਿੱਗਦੇ ਸਨ। ਵਸਤੂਆਂ ਹਵਾ ਵਿੱਚ ਉੱਡਦੀਆਂ ਦਿਖਾਈ ਦਿੰਦੀਆਂ ਸਨ। ਅਲਮਾਰੀਆਂ ਵਿੱਚ ਬੰਦ ਕੱਪੜੇ ਕੈਂਚੀ ਨਾਲ ਕੱਟ ਦਿੰਦੇ ਜਾਂਦੇ ਸਨ। ਭੇਦ ਭਰੀਆਂ ਅਜੀਬ ਜਿਹੀਆਂ ਲਿਖਤਾਂ ਕੰਧਾਂ 'ਤੇ ਲਿਖੀਆਂ ਜਾਂਦੀਆਂ ਸਨ। ਉਬਲਦੇ ਚੌਲਾਂ ਵਿੱਚ ਕੋਈ ਰੇਤ ਪਾ ਜਾਂਦਾ ਸੀ। ਹਰਨ ਸਿੰਘੇ ਦੇ ਘਰੋਂ ਭੂਤ ਨੂੰ ਸ਼ਾਂਤ ਕਰਨ ਖਾਤਰ ਮੇਰੀ ਮਦਦ ਲੈਣ ਲਈ ਕੋਸਗਾਮਾ ਨਿਵਾਸੀ DY ਰਾਣਾ ਸਿੰਘੇ ਵੱਲ ਕੀਤੀ ਗਈ ਅਪੀਲ ਦੇ ਜਵਾਬ 'ਚ 25 ਨਵੰਬਰ 1963 ਦਿਨ ਸੋਮਵਾਰ ਨੂੰ ਮੇਰੇ ਅਤੇ ਮੇਰੀ ਪਤਨੀ ਨਾਲ ਪੱਤਰ ਪ੍ਰੇਰਕਾਂ ਦੀ ਇੱਕ ਟੋਲੀ ਨੇ ਕੋਲੰਬੋ ਤੋਂ ਕੂਚ ਕਰ ਦਿੱਤਾ। ਰਸਤੇ ਵਿੱਚ ਅਸੀਂ ਮਾਈਗੋਡਾ ਮਹਾਂਵਿਦਿਆਲੇ ਦੇ ਕੋਲ ਅਰਨ ਸਿੰਘੇ ਦੇ ਘਰ ਪਾਨਾਲੂਵਾ ਦਾ ਰਸਤਾ ਪੁੱਛਣ ਲਈ ਰੁਕੇ। ਸਕੂਲ ਦੇ ਪ੍ਰਿੰਸੀਪਲ ਮਿਸਟਰ PS ਗੁਣਾ ਸ਼ੇਖਰ ਅਤੇ ਉਸਦੇ ਇੱਕ ਦੋਸਤ ਮਿਸਟਰ P ਵੀਰਾ ਸਿੰਘੇ ਭੂਤ ਵਾਲੇ ਘਰ ਤੱਕ ਸਾਨੂੰ ਕਾਰ ਵਿੱਚ ਲਿਜਾਣ ਲਈ ਤਿਆਰ ਹੋ ਗਏ। ਅਸੀਂ ਮਾਈਗੋਡਾ ਜੈਕਸ਼ਨ ਕੋਲੋਂ ਉੱਚੀ ਸੜਕ ਤੋਂ ਹੇਠਾਂ ਉਤਰੇ ਅਤੇ ਇੱਕ ਚਾਹ ਦੁੱਧ ਦੀ ਦੁਕਾਨ ਵਾਲੇ ਪਾਨਾਲੂਵਾ ਰੋਡ 'ਤੇ 3 ਮੀਲ ਪੱਥਰ ਤੱਕ ਕੋਲ ਜਾ ਕੇ ਰੁਕ ਗਏ, ਜਿੱਥੇ ਪੇਂਡੂ ਲੋਕ ਉੱਥੇ ਇਕੱਠੇ ਹੋ ਗਏ ਸਨ। ਉਹਨਾਂ ਨੇ ਸਾਨੂੰ ਦੱਸਿਆ ਕਿ ਅਰਨ ਸਿੰਘੇ ਦੇ ਘਰ ਪਹੁੰਚਣ ਲਈ ਸਾਨੂੰ ਚਾਵਲ ਅਤੇ ਰਬੜ ਦੇ ਖੇਤਾਂ ਵਿੱਚੋਂ ਦੀ 1/2 ਮੀਲ ਤੁਰ ਕੇ ਜਾਣਾ ਪਵੇਗਾ। ਜਿਸ ਦਿਨ ਤੋਂ ਅਰਨ ਸਿੰਘੇ ਦੇ ਘਰ ਪਾਗਲ ਕਰ ਦੇਣ ਵਾਲੀਆਂ ਇਹਨਾਂ ਵਾਰਦਾਤਾਂ ਦੇ ਚਰਚੇ ਗੁਆਂਢੀ ਪਿੰਡਾਂ ਵਿੱਚੋਂ ਪਹੁੰਚੇ ਸਨ, ਇਸ ਚਾਹ ਦੁੱਧ ਦੀ ਦੁਕਾਨ ਵਾਲੇ ਦਾ ਕੰਮ ਚੰਗਾ ਵੱਧ ਗਿਆ ਸੀ। ਸਾਰਾ ਦਿਨ ਉੱਥੋਂ ਦੀ ਮਰਦ, ਔਰਤਾਂ ਅਤੇ ਬੱਚੇ ਭੂਤ ਵਾਲੇ ਘਰ ਜਾ ਕੇ ਆਪਣੀ ਉਤਸੁਕਤਾ ਨੂੰ ਸੰਤੁਸ਼ਟ ਕਰਨ ਲਈ ਲੰਘਦੇ ਰਹਿੰਦੇ। ਇਸ ਚਾਹ ਦੁੱਧ ਦੀ ਦੁਕਾਨ 'ਤੇ ਉਹ ਦਾਮ ਲੈ ਲੈਂਦੇ। ਜਦੋਂ ਅਸੀਂ ਪਾਨਾਲੂਵਾ ਰੋਡ 'ਤੇ ਕਾਰ ਵਿੱਚ ਜਾ ਰਹੇ ਸਾਂ, ਪਿੰਡ ਦੇ ਲੋਕਾਂ ਨੇ ਮੈਨੂੰ ਪਛਾਣ ਲਿਆ, ਕਿਉਂਕਿ ਉਹਨਾਂ ਅਖਬਾਰਾਂ ਵਿੱਚ ਕਈ ਵਾਰ ਮੇਰੀ ਤਸਵੀਰ ਵੇਖੀ ਸੀ। ਜਦੋਂ ਥੋੜ੍ਹੇ ਜਿਹੇ ਮਿੰਟਾਂ ਵਿੱਚ ਅਸੀਂ ਘਰ ਅੱਗੇ ਜਾਣ ਲਈ ਤਿਆਰ ਹੀ ਸਾਂ ਤਾਂ ਇੱਕ ਖਾਸੀ ਵੱਡੀ ਭੀੜ ਸਾਡੇ ਦੁਆਲੇ ਜੁੱਟ ਗਈ। ਸਾਡੀ ਟੋਲੀ ਗੁਨਾ ਸ਼ੇਖਰ ਦੇ ਪਿੱਛੇ ਭੀੜ ਸਮੇਤ ਇੱਕ ਲਾਈਨ ਵਿੱਚ ਮਾਰਚ ਕਰਦੀ ਜਾ ਰਹੀ ਸੀ। ਜਦੋਂ ਅਸੀਂ ਮਾਰਚ ਕਰਦੇ ਜਾ ਰਹੇ ਸਾਂ ਤਾਂ ਮੇਰੀ ਪਤਨੀ ਦੀ ਅਚਾਨਕ ਚੀਕ ਨੇ ਭੀੜ ਨੂੰ ਚੌਂਕਾ ਦਿੱਤਾ। 2 ਪੇਂਡੂ ਔਰਤਾਂ ਨੇ ਮੇਰੀ ਪਤਨੀ ਦੀਆਂ ਲੱਤਾਂ ਅਤੇ ਚਿੰਬੜੀਆਂ ਹੋਈਆਂ ਜੋਕਾਂ ਨੂੰ ਲਾਉਣ ਵਿੱਚ ਮਦਦ ਕੀਤੀ। ਉਹ ਹੱਸ ਰਹੀਆਂ ਸਨ। ਅਸੀਂ ਅਰਨ ਸਿੰਘੇ ਦੀ ਘਰੇ 3:30 ਵਜੇ ਸ਼ਾਮੀ ਪਹੁੰਚੇ। ਭੂਤ ਵਾਲਾ ਘਰ, ਅਰਨ ਸਿੰਘੇ ਦਾ ਛੋਟਾ ਜਿਹਾ ਅਤੇ ਨਵਾਂ ਘਰ ਰਬੜ ਦੇ ਦਰਖਤਾਂ ਦੇ ਪਲਾਟ ਦੇ ਵਿਚਕਾਰ ਸਥਿਤ ਸੀ। ਘਰੇ ਵੜਨ ਤੋਂ ਪਹਿਲਾਂ ਜਿਹੜੀ ਚੀਜ਼ ਅਸੀਂ ਵੇਖੀ ਉਹ ਸੀ ਸਾਹਮਣੀ ਕੰਧ ਉੱਤੇ ਵੱਡੇ ਵੱਡੇ ਅੱਖਰਾਂ ਵਿੱਚ ਸਿਨਹਾਲੀ ਭਾਸ਼ਾ ਵਿੱਚ ਲਿਖਿਆ ਹੋਇਆ, ਇਸੇ ਘਰੇ ਭੂਤ ਰਹਿੰਦਾ ਹੈ। ਅਰਨ ਸਿੰਘੇ ਨੇ ਸਾਨੂੰ ਦੱਸਿਆ ਇਹ ਭੂਤ ਨੇ 2 ਮਹੀਨੇ ਪਹਿਲਾਂ ਲਿਖਿਆ ਸੀ। ਘਰ ਅੰਦਰ ਕੰਧਾਂ 'ਤੇ ਹੋਰ ਵੀ ਲਿਖਤਾਂ ਹਨ। ਉਹ ਸਾਨੂੰ ਅੰਦਰ ਲੈ ਗਿਆ। ਅਸੀਂ ਵੱਡੇ ਕਮਰੇ ਵਿੱਚ ਜਾ ਵੜੇ। ਕੋਲੇ ਨਾਲ ਕਮਰੇ ਦੀਆਂ 4 ਕੰਧਾਂ ਲਿਖਤਾਂ ਨਾਲ ਭਰੀਆਂ ਪਈਆਂ ਸਨ, ਪਰ ਕਿਧਰੇ ਕਿਧਰੇ ਅੰਗਰੇਜ਼ੀ ਦੇ ਸ਼ਬਦ ਵੀ ਝੜੀਟੇ ਹੋਏ ਸਨ। ਅੰਗਰੇਜ਼ੀ ਦੇ ਕਈ ਸ਼ਬਦ ਪੁੱਠੇ ਲਿਖੇ ਸਨ ਅਤੇ ਕਈ ਉਲਟੇ ਲਿਖੇ ਸਨ, ਜਿਸ ਤੋਂ ਇਹ ਪਤਾ ਲੱਗਦਾ ਸੀ ਕਿ ਭੂਤ ਇੱਕ ਵਿਦੇਸ਼ੀ ਭਾਸ਼ਾ ਵਿੱਚ ਨਿਪੁੰਨ ਨਹੀਂ ਸੀ, ਪਰੰਤੂ ਉਹ ਸਿਰਫ ਨਕਲ ਕਰਨ ਦੇ ਯਤਨ ਕਰ ਰਿਹਾ ਸੀ। ਕਈ ਥਾਈਂ ਲਿਖਤਾਂ ਸਿਹਾਲੀ ਭਾਸ਼ਾ ਵਿੱਚ ਇੱਕ ਦੂਜੀ ਦੇ ਉੱਪਰ ਲਿਖੀਆਂ ਹੋਈਆਂ ਸਨ, ਜਿਸ ਕਰਕੇ ਪੜ੍ਹੀਆਂ ਨਹੀਂ ਸਨ ਜਾ ਸਕਦੀਆਂ। ਸ਼ੋਰ ਸ਼ਰਾਬਾ ਕਰਨ ਵਾਲਾ ਭੂਤ। ਜਦੋਂ ਤੋਂ ਇਹ ਭੇਦ ਭਰੀਆਂ ਵਾਰਦਾਤਾਂ ਸ਼ੁਰੂ ਹੋਈਆਂ ਸਨ, ਉਦੋਂ ਤੋਂ ਲੈ ਕੇ ਘਰ ਵਿੱਚ ਕੀ ਕੁਝ ਵਾਪਰਿਆ ਸੀ, ਇਸ ਬਾਰੇ ਮੈਨੂੰ ਅਰਨ ਸਿੰਘ ਅਤੇ ਪੋਦੀ ਹੈਮੀ ਨੇ ਇਕੱਠੇ ਹੀ ਵਿਸਥਾਰ ਵਿੱਚ ਦੱਸਣਾ ਆਰੰਭ ਕਰ ਦਿੱਤਾ। ਇਹ ਸਭ ਕੁਝ 8 ਮਹੀਨੇ ਪਹਿਲਾਂ ਵਾਪਰਨਾ ਸ਼ੁਰੂ ਹੋਇਆ। ਅਰਨ ਸਿੰਘੇ ਨੇ ਆਖਿਆ,
सब तो पहला इस कमरे की छत तो हेठां रेत डिगी। कुछ दिन बाद पत्थर डिगने शुरू हो गए। कई पत्थरों का साइज अद्धी इट जिन्ना सी। इस तो मगरों कप प्लेटा प्यालियाँ हवा में उड़निया शुरू हुई। भावें वह अलमारी विच जिंदा ला के रखिया होंदिया सन तां भी वह बाहर सुट दित्तियां जांदियां। भूत ने 15 कप प्यालियाँ तोड़ दित्तियां हन। उसने मिट्टी के कई बर्तन बाहर सुट्टे जाते वेखे हन। उदों भी जदों रसोई विच कोई नहीं सी हुंदा भूत उत्थे ही जांदा जिथे साडी धी प्रेमावाथी जांदी सी। कई बारी तेल वाले दीव्यां दीआं लाटां अदिख मूहां वालियां बुझाईयां जांदियां सन जदों के सारे दरवाजे ते बारियां बंद हुंदे हन तां कि इंज हवा नाल ही ना हुंदा होवे। असीं देश दे हर हिस्से विच्चों प्रसिद्ध सियाणे भूत प्रेतां कढ़न वाले लै आंदे। भावें अलग अलग टोलियां वल्लों 5 वार घरे चौंकी लगाई गई सी पर कष्ट उसे तरह जारी है। 5वीं चौकी लवाई नूं अजे 3 दिन होए हन। भूत ने 5 वारी प्रेमावती दे बाल कट्टे हन। इस मौके पोधी हैमी ने एक संदूक खोलिया ते कागज़ दा एक डब्बा लिया जिस विच वालां दा एक लंबा गुच्छा सी। उसने कदे प्रेमावती दे सिर नूं सिंगारिया सी। यह काफ़ी लंबा ते भारा सी जिस तों एक पूरे साइज दा बिग बनाया जा सकता सी। भूत ने वाल कट्टण लई रसोई वाला चाकू वरत्या सी। उसनों वाल कट्टण दा उदों पता लग्या जदों भूत हत्थों ये चाकू वालां दे पिछे लच्छे समेत फर्श ते डिग्गिया। जदों ये वापरिया तां उह उच्ची उच्ची रोई। असीं जदों उसकी मदद लई पुजे तां असीं भी फर्श ते चाकू अते वालां दा लच्छा दोवें डिगे पै देखे। घरेलू वस्तुआं मेरिया कई साड़ियां ते प्रेमावती दियां कई फराकां जिहड़ियां अलमारी विच जिंदरा ला के बंद कीतियां होईयां सन भूत ने पाड़ दित्तियां हन। ओदी हैमी दसदी गई भूत मेरिया साड़ियां नालों लीरां पाड़ के गुड्डियां बना लैंदा है। कई लीरां जाकटां दे नमूने तैयार करन लई वरतियां जांदियां हन। एक दिन लाल मिर्चां लूण अते चूरा कीता गया नारियल फर्श ते खिल रहा होया वेख्या गया। कई वार सानू भुखे ही सौना पैंदा सी क्योंकि उबलदे चौलां दी बर्तन विच रेत पा दित्ता जांदा सी। एक वारी कट्टे हुए हत्थां ने प्रेमावती कोलों चौलां दी प्लेट खोह लई। जिहड़े कपड़े हत्थां अलमारी विच्चों गुआचे सन बाद विच छत तों मिल गए। भूत ये हदायतां दिंदे हुए पत्तर भी सुट दिंदा सी कि गुड्डियां किवें संभालियां जाण। जदों प्रेमावती नूं उसदे मामा राणा सिंघे दे घरों भेजा गया तां भूत भी उसदे नाल ही गया। जदों वह उत्थे सी तां राणे सिंघे दे मेज़ ते भूत ने एक धमकी भरिया खत सुटिया कि जे प्रेमावती नूं वापस ना भेजा गया तां वह टाइम पीस तोड़ देवेगा। कंध अते पलंग विचकार देख के भूत ने राणा सिंघे दे बच्चे दी दुध वाली शीशी भन दित्ती सी। रबड़ दे जम रहे दुध विच रबड़ दे दरख्तां दे बीज सुट दिंदे जांदे हन। जदों घर दे अंदर जां बाहर लोग इकट्ठे हो जांदे तां भूत उहनां नूं पत्थर मारदा सी। कई वार जान पछाण वाले व्यक्तियों बारे टिप्पणियां लिखियां जांदियां सन। जांच पड़ताल घर अंदर दाखल हो रही इन्नी भीड़ ਨੂੰ ਕਾਬੂ ਰੱਖਣਾ ਔਖਾ ਕੰਮ ਸੀ। ਉਹ ਸਾਰੇ ਉਸ ਭੂਤ ਨੂੰ ਵੇਖਣ ਲਈ ਉਤਸੁਕ ਸਨ ਜਿਹੜਾ ਮੈਂ ਫੜਨਾ ਸੀ। ਉਹਨਾਂ ਵਿੱਚੋਂ ਕਈ ਇਹ ਸੋਚਦੇ ਹੋਣਗੇ ਕਿ ਮੈਂ ਘਰ ਵਿੱਚੋਂ ਭੂਤ ਨੂੰ ਕੋਲੋਂ ਫੜੀ ਬਾਹਰ ਆਵਾਂਗਾ। ਜਿੰਨੀ ਦੇਰ ਤੱਕ ਭੀੜ ਬਾਹਰ ਨਹੀਂ ਸੀ ਚਲੀ ਜਾਂਦੀ ਮੇਰੇ ਲਈ ਜਾਂਚ ਪੜਤਾਲ ਕਰਨਾ ਸੰਭਵ ਨਹੀਂ ਸੀ। ਮੈਂ ਅੰਦਰਲੇ ਕਮਰੇ ਵਿੱਚ ਬੈਠ ਕੇ ਆਪਣੀ ਜਾਂਚ ਪੜਤਾਲ ਸ਼ੁਰੂ ਕੀਤੀ। ਮੈਂ ਉਸ ਕਮਰੇ ਵਿੱਚ ਮੇਰੇ ਨਾਲ ਸਿਰਫ 3 ਜਣੇ ਹੋਰ ਰਹਿਣ ਦੀ ਆਗਿਆ ਦਿੱਤੀ। ਮੇਰੀ ਪਤਨੀ ਅਤੇ ਤਿਲਕਰਤ ਨੇ ਸਟੈਨੋ ਵਜੋਂ ਕੰਮ ਕਰਨ ਲਈ ਅਤੇ ਮਾਈ ਗੋਡਾ ਮਹਾਂਵਿਦਿਆਲੇ ਦਾ ਪ੍ਰਿੰਸੀਪਲ ਮਿਸਟਰ ਗੁਣਾ ਸ਼ੇਖਰ ਦੋਭਾਸ਼ੀਏ ਵਜੋਂ ਕੰਮ ਕਰਨ ਲਈ। ਘਰ ਦੇ 3 ਮੈਂਬਰ ਅਲੱਗ ਅਲੱਗ ਮੇਰੇ ਵੱਲੋਂ ਪੁੱਛ ਪੜਤਾਲ ਲਈ ਸੱਦੇ ਗਏ। ਜਦੋਂ 1 ਜਣੇ ਤੋਂ ਪੁੱਛ ਕੀਤੀ ਗਈ ਤਾਂ ਦੂਜੇ 2 ਬਾਹਰਲੇ ਕਮਰੇ ਵਿੱਚ ਬੈਠੇ ਸਨ। ਮੈਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਹ ਸਿਰਫ ਉਹੀ ਗੱਲ ਕਰਨ ਜਿਹੜੀ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਖੁਦ ਵੇਖੀ ਹੈ, ਉਸ ਚੀਜ਼ ਬਾਰੇ ਗੱਲ ਨਾ ਕਰਨ ਜਿਹੜੀ ਉਹਨਾਂ ਨੇ ਕਿਸੇ ਤੋਂ ਸੁਣੀ ਹੋਵੇ। ਮੈਂ ਅਰਨ ਸਿੰਘੇ ਤੋਂ ਸ਼ੁਰੂ ਕਰਕੇ ਪ੍ਰੇਮਾਵਤੀ 'ਤੇ ਪਹੁੰਚ ਕੇ ਪੜਤਾਲ ਖਤਮ ਕਰ ਦਿੱਤੀ। ਜਾਂਚ ਪੜਤਾਲ ਦੌਰਾਨ ਹੇਠ ਲਿਖੇ ਤੱਤ ਸਾਹਮਣੇ ਆਏ। ਸਬੂਤ: ਅਰਨ ਸਿੰਘੇ ਦੀ ਉਮਰ 62 ਸਾਲ ਅਤੇ ਪੋਮੀ ਹੈਮੀ ਦੀ 54 ਸਾਲ ਹੈ। ਉਹਨਾਂ ਦਾ ਵਿਆਹ 1948 ਵਿੱਚ ਹੋਇਆ ਸੀ।
ਉਹਦੀ ਹੈਮੀ ਬਾਂਝ ਸੀ ਉਹਨਾਂ ਨੇ ਪ੍ਰੇਮਾਵਤੀ ਨੂੰ ਜਦੋਂ ਉਹ ਅਜੇ 15 ਦਿਨਾਂ ਦੀ ਸੀ ਗੋਦ ਲੈ ਲਿਆ। ਉਹਨਾਂ ਨੂੰ ਕੁੜੀ ਦੇ ਅਸਲੀ ਪਿਓ ਦਾ ਪਤਾ ਨਹੀਂ ਸੀ। ਅਸਲੀ ਮਾਂ ਨਹੀਂ ਸੀ ਚਾਹੁੰਦੀ ਕਿ ਉਹ ਜ਼ਿੰਦਾ ਰਹੇ। ਹੁਣ ਪ੍ਰੇਮਾਵਤੀ ਦੀ ਉਮਰ 12 ਸਾਲ ਦੀ ਹੈ, ਉਹ ਪੜ੍ਹਾਈ ਵਿੱਚ ਬਹੁਤ ਹੀ ਪਿੱਛੇ ਹੈ। ਭਾਵੇਂ ਉਸ ਦੀ ਉਮਰ 12 ਸਾਲ ਦੀ ਹੈ, ਉਹ ਅਜੇ 3ਜੀ ਜਮਾਤ ਵਿੱਚ ਹੀ ਹੈ। ਆਪਦੇ ਹਮ ਉਮਰਾਂ ਵਰਗੀ ਉਸ ਦੀ ਸਿਹਤ ਵੀ ਨਹੀਂ ਹੈ ਅਤੇ ਉਹ ਜਵਾਨ ਵੀ ਨਹੀਂ ਹੋਈ। ਪ੍ਰੇਮਾਵਤੀ ਦੇ ਸਕੂਲ ਵਿੱਚ ਜਾਂ ਗੁਆਂਢ ਵਿੱਚ ਕੋਈ ਸਹੇਲੀਆਂ ਜਾਂ ਦੋਸਤ ਨਹੀਂ ਸਨ। ਉਹ ਦੂਜੀਆਂ ਕੁੜੀਆਂ ਨਾਲੋਂ ਵੱਖ ਹੀ ਰਹਿੰਦੀ। ਦੂਜੇ ਬੱਚੇ ਉਹਦੀ ਹੈਮੀ ਅਨੁਸਾਰ ਜਿਹੜੇ ਬੁਰੀ ਤਰ੍ਹਾਂ ਪਾਲੇ ਗਏ ਹਨ, ਇਸ ਘਰੇ ਨਹੀਂ ਵੜਨ ਦਿੱਤੇ ਜਾਂਦੇ ਤਾਂ ਕਿ ਉਹਨਾਂ ਦੀ ਬੱਚੀ ਵਿਗੜ ਨਾ ਜਾਵੇ। ਪ੍ਰੇਮਾਵਤੀ ਨੂੰ ਕਦੇ ਵੀ ਇਹ ਨਹੀਂ ਦੱਸਿਆ ਗਿਆ ਕਿ ਉਸ ਨੂੰ ਗੋਦ ਲਿਆ ਗਿਆ ਸੀ। ਉਸ ਨੂੰ ਉਹਨਾਂ ਨੇ ਆਪਣੀ ਬੱਚੀ ਦੀ ਤਰ੍ਹਾਂ ਹੀ ਪਾਲਿਆ ਪੋਸਿਆ ਸੀ। ਕੋਈ 8 ਮਹੀਨੇ ਪਹਿਲਾਂ ਇੱਕ ਦਿਨ ਉਹ ਸਕੂਲੋਂ ਰੋਂਦੀ ਹੋਈ ਘਰ ਵਾਪਸ ਆਈ ਸੀ। ਉਸਨੇ ਦੱਸਿਆ ਸੀ ਕਿ ਉਸਦੀ ਹਮਜਮਾਤੀ ਨੂੰ ਉਸਨੂੰ ਇਹ ਆਖ ਕੇ ਚੜਾਉਂਦੇ ਹਨ ਕਿ ਉਹ ਇੱਕ ਗੋਦ ਲਈ ਬੱਚੀ ਹੈ, ਪਰੰਤੂ ਅਰਨ ਸਿੰਘ ਅਤੇ ਉਹਦੀ ਹੈਮੀ ਨੇ ਉਸਨੂੰ ਇਹ ਆਖ ਕੇ ਚੁੱਪ ਕਰਵਾਇਆ ਸੀ ਕਿ ਉਹ ਕੁੜੀਆਂ ਝੂਠ ਬੋਲਦੀਆਂ ਸਨ ਕਿਉਂਕਿ ਸਕੂਲ ਦੀਆਂ ਕੁੜੀਆਂ ਉਸਨੂੰ ਚਿੜਾਉਂਦੀਆਂ ਰਹਿੰਦੀਆਂ। ਉਸਨੇ ਸਕੂਲ ਨੂੰ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਅੰਤ ਵਿੱਚ ਸਕੂਲ ਜਾਣੋਂ ਨਾ ਕਰ ਦਿੱਤੀ। ਪ੍ਰੇਮਾਵਤੀ, ਜਦੋਂ ਮੈਂ ਪ੍ਰੇਮਾਵਤੀ ਤੋਂ ਪੁੱਛਗਿੱਛ ਕੀਤੀ ਤਾਂ ਮੈਂ ਇੱਕ ਬਿਲਕੁਲ ਵੱਖਰਾ ਹੀ ਰੁੱਖ ਧਾਰਨ ਕੀਤਾ। ਮੈਂ ਉਸ ਨਾਲ ਬਹੁਤ ਨਰਮ ਅਤੇ ਪਿਆਰ ਭਰੇ ਲਹਿਜੇ ਵਿੱਚ ਚਿਹਰੇ 'ਤੇ ਮੁਸਕਰਾਹਟ ਲਿਆ ਕੇ ਗੱਲਬਾਤ ਕੀਤੀ। ਮੈਂ ਉਸਨੂੰ ਮੇਰੇ ਨੱਕ 'ਤੇ ਵੇਖਣ ਲਈ ਆਖਿਆ। ਉਸ ਮੌਕੇ 'ਤੇ ਮੈਂ ਮੇਰੀ ਪਤਨੀ ਅਤੇ ਗੁਰਾਂ ਸ਼ੇਖਣ ਤੋਂ ਬਿਨਾਂ ਬਾਕੀ ਸਭ ਨੂੰ ਕਮਰੇ ਵਿੱਚ ਤੋਂ ਬਾਹਰ ਜਾਣ ਲਈ ਇਸ਼ਾਰਾ ਕੀਤਾ। ਕਰੀਬ 3 ਮਿੰਟਾਂ ਮਗਰੋਂ ਪ੍ਰੇਮਾਵਤੀ ਨੂੰ ਵੀ ਬਾਹਰ ਭੇਜ ਦਿੱਤਾ ਗਿਆ ਅਤੇ ਉਸਦੇ ਮਾਪਿਆਂ ਨੂੰ ਦੁਬਾਰਾ ਫਿਰ ਅੰਦਰ ਬੁਲਾ ਲਿਆ ਗਿਆ। 10 ਮਿੰਟਾਂ ਮਗਰੋਂ ਪ੍ਰੇਮਾਵਤੀ ਨੂੰ ਵੀ ਬਾਹਰ ਭੇਜ ਦਿੱਤਾ ਗਿਆ ਅਤੇ ਉਸਦੇ ਮਾਪਿਆਂ ਨੂੰ ਦੁਬਾਰਾ ਅੰਦਰ ਬੁਲਾ ਲਿਆ ਗਿਆ। 10 ਮਿੰਟਾਂ ਬਾਅਦ ਅਸੀਂ ਸਾਰੇ ਬਾਹਰ ਆ ਗਏ। ਮੈਂ ਵਿਹੜੇ ਵਿੱਚ ਬਾਹਰ ਨਿਕਲ ਕੇ ਬਗੀਚੇ ਵਿੱਚ ਇੱਕ ਵੱਡੀ ਭੀੜ ਨੂੰ ਸੰਬੋਧਨ ਕੀਤਾ। ਮੈਂ ਆਖਿਆ, ਅੱਜ ਤੋਂ ਇਸ ਘਰ ਕੋਈ ਕਸ਼ਟ ਨਹੀਂ ਹੋਵੇਗਾ। ਹਰਨ ਸਿੰਘ ਨੇ 1000 ਰੁਪਏ ਤੋਂ ਵੀ ਵੱਧ ਭੂਤਾਂ ਪ੍ਰੇਤ ਕੱਢਣ ਵਾਲੇ ਸਿਆਣਿਆਂ 'ਤੇ ਖਰਚ ਦਿੱਤੇ ਹਨ, ਉਹ ਉਸ ਭੂਤ ਨੂੰ ਘਰੋਂ ਭਜਾਉਣ ਲਈ ਜਿਹੜਾ ਘਰ ਵਿੱਚ ਕਿਧਰੇ ਹੈ ਹੀ ਨਹੀਂ। ਜਿਹੜੀਆਂ ਵਾਰਦਾਤਾਂ ਇਸ ਘਰ ਹੋਈਆਂ ਹਨ ਉਹ ਦਿਮਾਗੀ ਤੌਰ 'ਤੇ ਬਿਮਾਰ ਘਰ ਦੇ ਇੱਕ ਮੈਂਬਰ ਦੀਆਂ ਹਰਕਤਾਂ ਸਨ। ਉਸ ਵਿਅਕਤੀ ਨੇ ਭਵਿੱਖ ਵਿੱਚ ਅਜਿਹਾ ਨਾ ਕਰਨ ਦਾ ਮੈਨੂੰ ਵਾਅਦਾ ਕੀਤਾ ਹੈ। ਜੇ ਦੁਬਾਰਾ ਤਕਲੀਫ ਸ਼ੁਰੂ ਹੋ ਜਾਵੇ ਤਾਂ ਉਸਦਾ ਇਲਾਜ ਉਸ ਵਿਅਕਤੀ ਨੂੰ ਮਾਨਸਿਕ ਚਿਕਿਤਸਾ ਦੇ ਮਾਹਰ ਪਾਸੋਂ ਠੀਕ ਕਰਵਾਉਣਾ ਅਤੇ ਚੌਂਕੀਆਂ ਲਗਵਾਉਣਾ ਨਹੀਂ ਹੈ। ਮਨੁੱਖ ਨੇ ਆਪਣੇ ਆਦਿ ਕਾਲ ਸਮੇਂ ਸੋਚਿਆ ਕਿ ਉਸਦੀਆਂ ਸਾਰੀਆਂ ਸਰੀਰਕ ਅਤੇ ਦਿਮਾਗੀ ਬਿਮਾਰੀਆਂ ਦਾ ਕਾਰਨ ਬੁਰੀਆਂ ਰੂਹਾਂ ਦੀ ਜਕੜ ਸੀ ਅਤੇ ਇਸਦਾ ਇਲਾਜ ਜਾਦੂ ਟੂਣੇ ਸਨ। ਅੱਜ ਸਿਰਫ ਉਹੀ ਵਿਅਕਤੀ ਜਿਨ੍ਹਾਂ ਦੇ ਦਿਮਾਗ ਅਜੇ ਵੀ ਆਦਿ ਕਾਲ ਦੇ ਸਮੇਂ ਤੱਕ ਹੀ ਵਿਕਸਿਤ ਹੋਏ ਹਨ ਅਜਿਹੀਆਂ ਬਿਮਾਰੀਆਂ ਦੇ ਇਲਾਜ ਲਈ ਜਾਦੂ ਟੂਣੇ ਕਰਨਗੇ। ਲੋਕਾਂ ਦੀ ਭੀੜ ਵੱਲੋਂ ਭਰਵੇ ਸਵਾਗਤ ਨਾਲ ਅਸੀਂ ਵਾਪਸ ਮੁੜ ਪਏ। ਮਿਸਟਰ ਗੁਣਾ ਸ਼ੇਖਰ ਵੱਲੋਂ ਕੀਤੀ ਖਾਸ ਬੇਨਤੀ ਦੇ ਆਧਾਰ 'ਤੇ ਅਸੀਂ ਉਸਦੀ ਮਾਈ ਗੋਡਾ ਮਹਾਂਵਿਦਿਆਲੇ ਵਿਖੇ ਕੋਠੀ ਵਿੱਚ ਕੁਝ ਮਿੰਟਾਂ ਲਈ ਰੁਕ ਗਏ। ਵਿਸ਼ਲੇਸ਼ਣ, ਗੁਣਾ ਸ਼ੇਖਰ ਦੀ ਪਤਨੀ ਵੱਲੋਂ ਤਿਆਰ ਕੀਤੀ ਚਾਹ ਪੀਂਦੇ ਸਮੇਂ ਮੈਂ ਟੋਲੀ ਦੇ ਦੂਜੇ ਮੈਂਬਰਾਂ ਨੂੰ ਦੱਸਿਆ ਕਿ ਪ੍ਰੇਮਾਵਤੀ ਇੰਜ ਕਿਵੇਂ ਪਾਗਲ ਭੂਤ ਬਣ ਗਈ ਸੀ। ਇਹ ਜਾਣ ਲੈਣਾ ਕਿ ਜਿਹੜੇ ਮਾਂ ਬਾਪ ਨੂੰ ਉਹ ਇੰਨਾ ਜ਼ਿਆਦਾ ਪਿਆਰ ਕਰਦੀ ਸੀ ਉਸਦੇ ਮਾਂ ਬਾਪ ਨਹੀਂ ਹਨ, ਪ੍ਰੇਮਾਵਤੀ ਦੀ ਉਮਰ ਦੀ ਲੜਕੀ ਵਾਸਤੇ ਇੱਕ ਦਿਮਾਗੀ ਸਦਮਾ ਸੀ। ਜਵਾਨੀ ਦੀ ਉਮਰ ਤੋਂ ਪਹਿਲਾਂ ਇੱਕ ਲੜਕੀ ਲਈ ਆਪਣੇ ਪਿਆਰੇ ਵਿਅਕਤੀ ਦੀ ਘਾਟ ਦਾ ਮਾਨਸਿਕ ਦੁੱਖ ਜਵਾਨ ਲੜਕੀ ਦੇ ਆਪਣੇ ਕਾਮਕ ਪ੍ਰੇਮੀ ਦੀ ਘਾਟ ਜਿੰਨਾ ਹੀ ਡੂੰਘਾ ਹੈ। ਇਸ ਮਾਨਸਿਕ ਦੁੱਖ ਵਿਗਾੜ ਨੇ ਉਸਨੂੰ ਪਾਗਲ ਬਣਾ ਦਿੱਤਾ ਹੈ। ਸ਼ਾਇਦ ਅਰਨ ਸਿੰਘ ਅਤੇ ਉਸਦੀ ਪਤਨੀ ਨੇ ਇਸ ਬੱਚੇ ਨੂੰ ਗੁਆਂਢੀਆਂ ਤੋਂ ਇਕਾਂਤ ਵਿੱਚ ਇਸ ਕਰਕੇ ਪਾਲਿਆ ਸੀ ਤਾਂ ਕਿ ਉਹ ਉਸਨੂੰ ਇਸਦੇ ਅਸਲੀ ਮਾਂ ਬਾਪ ਬਾਰੇ ਨਾ ਦੱਸ ਦੇਣ। ਇਸ ਇਕਾਂਤ ਨੇ ਉਸਨੂੰ ਬਨਾਵਟੀ ਅੰਤਰਮੁਖੀ ਬਣਾ ਦਿੱਤਾ ਸੀ। ਪ੍ਰੇਮਾਵਤੀ ਆਪਣੇ ਸਕੂਲ ਦੀਆਂ ਹੋਰਨੀਆਂ ਕੁੜੀਆਂ ਵਾਂਗ ਲੱਗਣ ਲਈ ਆਪਣੀ ਅਚੇਤ ਇੱਛਾ ਪੂਰਤੀ ਵਾਸਤੇ ਖੁਦ ਹੀ ਆਪਣੇ ਵਾਲ ਕੱਟਿਆ ਕਰਦੀ ਸੀ। ਭਾਵੇਂ ਉਸਦੀ ਸਰੀਰਕ ਉਮਰ 12 ਸਾਲ ਦੀ ਸੀ ਪਰ ਉਹ ਦਿਮਾਗੀ ਤੌਰ 'ਤੇ 6 ਜਾਂ 7 ਸਾਲ ਦੀ ਉਮਰ ਦੀ ਹੀ ਸੀ। 6-7 ਸਾਲਾਂ ਦੀ ਉਮਰ ਦੀਆਂ ਹੋਰਨਾਂ ਕੁੜੀਆਂ ਵਾਂਗੂ ਉਹ ਵੀ ਗੁੱਡੀਆਂ ਨਾਲ ਖੇਡਣਾ ਚਾਹੁੰਦੀ ਸੀ ਪਰ ਉਸ ਨੂੰ ਇੰਜ ਨਹੀਂ ਸੀ ਕਰਨ ਦਿੱਤਾ ਜਾਂਦਾ। ਇਸ ਕਰਕੇ ਉਹ ਆਪਣੀ ਮਾਂ ਦੀਆਂ ਸਾੜੀਆਂ ਪਾੜਦੀ ਸੀ ਅਤੇ ਇਹਨਾਂ ਤੋਂ ਗੁੱਡੀਆਂ ਬਣਾਉਂਦੀ ਸੀ। ਪੜ੍ਹਾਈ ਵਿੱਚ ਉਸਦਾ ਪਛੜਿਆਪਨ ਉਸਦੀ ਕਮਜ਼ੋਰ ਬੁੱਧੀ ਕਾਰਨ ਸੀ।
उसकी माँ वल जदों वो अजे बच्चेदानी विच ही सी गर्भपात कराउण दी कोशिश तो मैं ये समझदा हाँ कि उसकी जिंदगी दे पहले 15 दिन उस वल कोई ध्यान नहीं सी दिता गया अते उसनूं एक अनचाहे बच्चे वांग तिकारिया गया सी। उसका पछड़िया शरीर अते मानसिक विकास अते उस दीआं बच्चियां वर्गीआं बीमारियां दा कारण जिंदगी दे मुढ़ले कुछ महीनों विच चंगी पौष्टिक खुराक दी अनहोंद हो सकदा है। हुण वो किस हद तक आम वर्गी हो सकती है ये अरन सिंह अते उसकी पत्नी की होशियारी अते समझदारी वाले वतीरे ते निर्भर करता है। मैनू यह यकीन है कि तुसी मैनू बहुत ही डर अते घबराहट नाल मापिया वालों दसिया गई ना मनण योग कल्पित कहानियां नू सुनदे रहे होवोगे। जो कुछ उन्होंने दसिया मैं उसनू कोई अहमियत नहीं दिती। मैं जिथे किते भी जांच पड़ताल लई जांदा हाँ मैनू अजिहियां ना मनण योग कल्पित कहानियां अक्सर सुननिया पैंदियां हन। घर दे मैंबर जिहड़े ये विश्वास कर लैंदे हन कि उन्हां दे घर भूत रहिंदा है अक्सर डर की भावना हेठ रहिंदे हन अते ओह स्वै धोखे का शिकार हो जाते हैं। अजिहियां हालतों विच ओह उन्हां सारियां ना वर्णन योग हरकतां नूं जिन्हां दी करन वाला जिम्मेवारी नहीं लैंदा अक्सर किसी भूत प्रेत की करनी मन लैंदे हन अते अजिहा भूत प्रेत अक्सर असलियत विच किधरे नहीं हुंदा। ओह बहुत घबराए हुए अते उत्तेजित हो जाते हैं इस लई उन्हां दी गवाही नूं कोई अहमियत नहीं दिती जा सकती। अज मेरी व्यक्तिगत जांच पड़ताल दौरान ना तो अरुण सिंह ना पोदी हैमी ते किसी अजिही गैर कुदरती घटना बारे दसिया जिमें कि वस्तुओं का हवा में उड़ना कट्टे हुए हथ अदिख मूँह प्रेमावती का पिछा कर दिया होया भूत आदि। फॉर मोर कंटेंट्स रिलेटेड टू रैशनल थिंकिंग सब्सक्राइबेबल तर्कशील टीवी चैनल नाउ। For instant updates of new videos, don't forget to press the bell icon.